ਜਦ ਤੋਂ ਜੇ ਬਠਿੰਡਾ ਤੋਂ ਕੋਟਕਪੁਰ ਵੱਲ ਜਾ ਰਹੇ ਮੋਟਰਸਾਈਕਲ 'ਤੇ ਇੱਕ ਨੌਜਵਾਨ ਦਾ ਪਿੰਡ ਸੇਵਾ ਵਾਲਾ ਦੇ ਕੋਲ ਇੰਨਾ ਭਿਆਨਕ ਹਾਦਸਾ ਹੋਇਆ ਕਿ ਉਸਦੀ ਮੌਕੇ 'ਤੇ ਮੌਤ ਹੋ ਗਈ। ਇਹ ਐਕਸੀਡੈਂਟ ਕਿਸ ਨਾਲ ਹੋਇਆ ਇਸ ਬਾਰੇ ਅਜੇ ਤੱਕ ਕੁਛ ਪਤਾ ਨਹੀਂ ਲੱਗ ਸਕਿਆ। ਰਿਸ਼ਤੇਦਾਰ ਦਾ ਕਹਿਣਾ ਕਿ ਥਾਂ ਥਾਂ 'ਤੇ ਧਰਨੇ ਹੋਣ ਕਾਰਨ ਰਾਤ ਨੂੰ ਲਗਭਗ 9 ਵਜੇ ਦੇ ਕਰੀਬ ਬਠਿੰਡਾ ਤੋਂ ਕੋਟਕਪੁਰ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ ਅਤੇ ਇਹ ਨੌਜਵਾਨ ਕਿਸੇ ਕੰਪਨੀ ਵਿੱਚ ਮੈਡੀਕਲ ਸੇਲ ਰਾਬ ਦਾ ਕੰਮ ਕਰਦਾ, ਜਿਸ ਕਾਰਨ ਇਸ ਨੂੰ ਵੱਖ ਵੱਖ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਧਰਨੇ ਨਾ ਲੱਗੇ ਹੁੰਦੇ ਤਾਂ ਸ਼ਾਇਦ ਅੱਜ ਇਹ ਹਾਦਸਾ ਨਾ ਹੁੰਦਾ। ਮੁੰਡਾ ਸਾਡਾ ਬੱਸਾਂ ਦੀ ਵੇਟ ਕਰਦਾ ਰਹਿੰਦਾ ਰੋਜ਼ ਜੀ, ਅਤੇ ਬੱਸਾਂ ਆ ਰਹੀਆਂ, ਧਰਨੇ ਲੱਗੀ ਜਾਂਦੇ ਆ ਜੀ। ਹਾਂਜੀ ਹਾਂਜੀ। ਅਤੇ ਮਤਲਬ ਫਿਰ ਹੁਣ ਮੈਡੀਕਲ ਰੈਪ ਹੈਗਾ ਮੁੰਡਾ ਸਾਡਾ, ਠੀਕ ਹੈ ਜੀ, ਅਤੇ ਉਹ ਬਾਈਕ 'ਤੇ ਜਾ ਕੇ ਅਤੇ ਮਾਰਕੀਟ ਕਰਦਾ, ਕਦੇ ਬਠਿੰਡੇ ਜਾਂਦਾ, ਕਦੇ ਲੁਧਿਆਣੇ ਜਾਂਦਾ, ਬੱਸਾਂ ਦੇ ਧਰਨਿਆਂ ਦੀ ਵਜ੍ਹਾ ਨਾਲ ਉਹ ਇਸ ਕਰਕੇ ਬਠਿੰਡੇ ਆ ਰਿਹਾ ਸੀਗਾ ਕੱਲ੍ਹ, ਅਤੇ ਰਾਤ ਨੂੰ ਮਤਲਬ ਸ਼ਾਮ ਨੂੰ 9 ਕੁ ਦਾ ਟਾਈਮ ਸੀ ਲਗਭਗ, ਅਤੇ ਕੋਈ ਵਹੀਕਲ ਮਰ ਗਿਆ, ਮੁੰਡੇ ਸਾਡੇ ਦੇ ਐਕਸੀਡੈਂਟ ਹੋ ਗਿਆ। ਜੇ ਧਰਨੇ ਨਾ ਲੱਗੇ ਹੁੰਦੇ, ਬੱਸਾਂ ਚੱਲਦੀਆਂ ਹੁੰਦੀਆਂ, ਉਹਨੂੰ ਕੀ ਲੋੜ ਸੀ ਬਾਈਕ ਜਾਣ ਦੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸਰ ਜੀ, ਇਹ 'ਚ ਇੱਕ ਨੌਜਵਾਨ ਵਿਅਕਤੀ ਸੀ, ਮੋਟਰਸਾਈਕਲ 'ਤੇ ਆਪਣੇ 'ਤੇ ਬਾਈਕ 'ਤੇ ਆ ਰਿਹਾ ਸੀਗਾ, ਇਹ ਨਾ ਕੋਈ ਆਨਲਾਈਨ ਵਹੀਕਲ ਟੱਕਰ ਮਾਰ ਕੇ ਉੱਥੋਂ ਬਾਹਰ ਹੋ ਗਿਆ, ਜਿਸਦੇ ਸੰਬੰਧ ਵਿੱਚ ਅਸੀਂ ਕੇਸ ਨੰਬਰ 113 ਮਿਤੀ 20/10/15 ਅਧੀਨ ਧਾਰਾ 304, 427, 279 ਸੀ ਕਰਕੇ ਅਗਲੀ ਤਫਤੀਸ਼ ਜਾਰੀ ਕਰ ਰਹੇ ਹਾਂ। ਜੈਤੋ ਤੋਂ ਅਜਾ ਟੀਵੀ ਨਿਊਜ਼ ਲਈ ਵਿਪਿਨ ਗੋਇਲ ਦੀ ਰਿਪੋਰਟ।